जनवरी ਨੂੰ प्रधानमंत्री श्री नरेंद्र मोदी ने फिरोजपुर पंजाब फेरी ते आना सी और वो आए उन्होंने सुरक्षा की चूक ਨੂੰ ਲੈਕੇ एक बहस चली हुई है और इस तरह पेश किया जा रहा है जिवें पंजाब ਵਿੱਚ ਉਹਨਾਂ ਦੀ ਜਾਨ ਨੂੰ ਖਤਰਾ ਹੋਵੇ ਜਦਕਿ ਇਹ ਸੁਰੱਖਿਆ ਏਜੰਸੀਆਂ ਦੀ ਲਾਪਰਵਾਹੀ ਦਾ ਨਤੀਜਾ ਹੈ ਜਾਂ ਫਿਰ ਸਰਕਾਰ ਦੀ ਆਪੋ ਵਿੱਚ ਸਰਕਾਰਾਂ ਦੀ ਲੜਾਈ ਹੈ ਇਸ ਨੂੰ ਜਿਸ ਢੰਗ ਨਾਲ ਪ੍ਰਧਾਨ ਮੰਤਰੀ ਨੇ ਗੈਰ ਜ਼ਿੰਮੇਵਾਰ ਬਿਆਨ ਦੇ ਕੇ ਤੂਲ ਦੇਣ ਦੀ ਕੋਸ਼ਿਸ਼ ਕੀਤੀ ਹੈ ਉਹ ਬਹੁਤ ਮੰਦਭਾਗਾ ਹੈ ਪੰਜਾਬ ਦੇ ਲੋਕ ਗੁੱਗ ਵਾਸਤੇ ਪੰਜਾਬ ਵਿੱਚ ਨੌ ਮਾਸ ਦੇ ਰਿਸ਼ਤੇ ਵਾਂਗ ਪੰਜਾਬ ਵਿੱਚ ਹਿੰਦੂ ਤੇ ਸਿੱਖ ਬਹੁਤ ਵਧੀਆ ਢੰਗ ਨਾਲ ਰਹਿ ਰਹੇ ਨੇ ਔਰ ਮੈਂ ਅਪੀਲ ਕਰਦਾ ਸਾਰੀਆਂ ਧਿਰਾਂ ਨੂੰ ਕਿ ਇਸ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਇਸ ਮੁੱਦੇ ਨੂੰ ਤੂਲ ਨਾ ਦਿੱਤੀ ਜਾਵੇ ਪੰਜਾਬ ਇਸ ਦੇਸ਼ ਦਾ ਦੀ ਖੜਕ ਭੁਜਾ ਹੈ ਪੰਜਾਬ ਹਰ ਰੋਜ਼ ਕੁਰਬਾਨੀਆਂ ਦਿੰਦਾ ਹੈ ਬਾਰਡਰ ਦੇ ਉੱਤੇ ਪੰਜਾਬੀ ਰੋਜ਼ ਕੁਰਬਾਨੀਆਂ ਦਿੰਦੇ ਨੇ ਇਹਦੀ ਵੀ ਅਹਿਮੀਅਤ ਸਮਝੀ ਜਾਏ ਤੇ ਮੈਂ ਅਪੀਲ ਕਰਦਾ ਪੰਜਾਬੀਆਂ ਨੂੰ ਖਾਸ ਤੌਰ ਤੇ ਇਹ ਬਹਿਕਾਵੇ ਵਿੱਚ ਨਾ ਆਉਣ ਆਪਣੇ ਰਿਸ਼ਤਿਆਂ ਨੂੰ ਅਸੀਂ ਕਿਸੇ ਕੀਮਤ ਤੇ ਖਰਾਬ ਨਹੀਂ ਹੋਣ ਦੇਵਾਂਗੇ ਮੈਂ ਉਮੀਦ ਕਰਦਾ ਸਾਰੇ ਸਥਿਤੀ ਨੂੰ ਸਮਝ ਕੇ ਇਹ ਸਿਆਸੀ ਡਰਾਮੇਬਾਜ਼ੀ ਤੋਂ ਦੂਰ ਰਹਿਣਗੇ 5 ਜਨਵਰੀ ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਫਿਰੋਜ਼ਪੁਰ ਪੰਜਾਬ ਫੇਰੀ ਤੇ ਆਉਣਾ ਸੀ ਔਰ ਉਹ ਆਏ ਉਹਨਾਂ ਦੀ ਸੁਰੱਖਿਆ ਦੀ ਚੂਕ ਨੂੰ ਲੈ ਕੇ ਇੱਕ ਬਹਿਸ ਚੜੀ ਹੋਈ ਹੈ ਔਰ ਇਸ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਹੈ ਜਿਵੇਂ ਪੰਜਾਬ ਵਿੱਚ ਉਹਨਾਂ ਦੀ ਜਾਨ ਨੂੰ ਖਤਰਾ ਹੋਵੇ ਜਦਕਿ ਇਹ ਸੁਰੱਖਿਆ ਏਜੰਸੀਆਂ ਦੀ ਲਾਪਰਵਾਹੀ ਦਾ ਨਤੀਜਾ ਹੈ ਜਾਂ ਫਿਰ ਸਰਕਾਰ ਦੀ ਆਪੋ ਵਿੱਚ ਸਰਕਾਰਾਂ ਦੀ ਲੜਾਈ ਹੈ ਇਸ ਨੂੰ ਜਿਸ ਢੰਗ ਨਾਲ ਪ੍ਰਧਾਨ ਮੰਤਰੀ ਨੇ ਗੈਰ ਜ਼ਿੰਮੇਵਾਰ ਬਿਆਨ ਦੇ ਕੇ ਤੂਲ ਦੇਣ ਦੀ ਕੋਸ਼ਿਸ਼ ਕੀਤੀ ਹੈ ਉਹ ਬਹੁਤ ਮੰਦਭਾਗਾ ਹੈ ਪੰਜਾਬ ਦੇ ਲੋਕ ਗੁੱਗ ਵਾਸਤੇ ਪੰਜਾਬ ਵਿੱਚ ਨੌ ਮਾਸ ਦੇ ਰਿਸ਼ਤੇ ਵਾਂਗ ਪੰਜਾਬ ਵਿੱਚ ਹਿੰਦੂ ਤੇ ਸਿੱਖ ਬਹੁਤ ਵਧੀਆ ਢੰਗ ਨਾਲ ਰਹਿ ਰਹੇ ਨੇ ਔਰ ਮੈਂ ਅਪੀਲ ਕਰਦਾ ਸਾਰੀਆਂ ਧਿਰਾਂ ਨੂੰ ਕਿ ਇਸ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਇਸ ਮੁੱਦੇ ਨੂੰ ਤੂਲ ਨਾ ਦਿੱਤੀ ਜਾਵੇ ਪੰਜਾਬ ਇਸ ਦੇਸ਼ ਦਾ ਦੀ ਖੜਕ ਭੁਜਾ ਹੈ ਪੰਜਾਬ ਹਰ ਰੋਜ਼ ਕੁਰਬਾਨੀਆਂ ਦਿੰਦਾ ਹੈ ਬਾਰਡਰ ਦੇ ਉੱਤੇ ਪੰਜਾਬੀ ਰੋਜ਼ ਕੁਰਬਾਨੀਆਂ ਦਿੰਦੇ ਨੇ ਇਹਦੀ ਵੀ ਅਹਿਮੀਅਤ ਸਮਝੀ ਜਾਏ ਤੇ ਮੈਂ ਅਪੀਲ ਕਰਦਾ ਪੰਜਾਬੀਆਂ ਨੂੰ ਖਾਸ ਤੌਰ ਤੇ ਇਹ ਬਹਿਕਾਵੇ ਵਿੱਚ ਨਾ ਆਉਣ ਆਪਣੇ ਰਿਸ਼ਤਿਆਂ ਨੂੰ ਅਸੀਂ ਕਿਸੇ ਕੀਮਤ ਤੇ ਖਰਾਬ ਨਹੀਂ ਹੋਣ ਦੇਵਾਂਗੇ ਮੈਂ ਉਮੀਦ ਕਰਦਾ ਸਾਰੇ ਸਥਿਤੀ ਨੂੰ ਸਮਝ ਕੇ ਇਹ ਸਿਆਸੀ ਡਰਾਮੇਬਾਜ਼ੀ ਤੋਂ ਦੂਰ ਰਹਿਣਗੇ 5 ਜਨਵਰੀ ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਫਿਰੋਜ਼ਪੁਰ ਪੰਜਾਬ ਫੇਰੀ ਤੇ ਆਉਣਾ ਸੀ ਔਰ ਉਹ ਆਏ ਉਹਨਾਂ ਦੀ ਸੁਰੱਖਿਆ ਦੀ ਚੂਕ ਨੂੰ ਲੈ ਕੇ ਇੱਕ ਬਹਿਸ ਚੜੀ ਹੋਈ ਹੈ ਔਰ ਇਸ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਹੈ ਜਿਵੇਂ ਪੰਜਾਬ ਵਿੱਚ ਉਹਨਾਂ ਦੀ ਜਾਨ ਨੂੰ ਖਤਰਾ ਹੋਵੇ ਜਦਕਿ ਇਹ ਸੁਰੱਖਿਆ ਏਜੰਸੀਆਂ ਦੀ ਲਾਪਰਵਾਹੀ ਦਾ ਨਤੀਜਾ ਹੈ ਜਾਂ ਫਿਰ ਸਰਕਾਰ ਦੀ ਆਪੋ ਵਿੱਚ ਸਰਕਾਰਾਂ ਦੀ ਲੜਾਈ ਹੈ ਇਸ ਨੂੰ ਜਿਸ ਢੰਗ ਨਾਲ ਪ੍ਰਧਾਨ ਮੰਤਰੀ ਨੇ ਗੈਰ ਜ਼ਿੰਮੇਵਾਰ ਬਿਆਨ ਦੇ ਕੇ ਤੂਲ ਦੇਣ ਦੀ ਕੋਸ਼ਿਸ਼ ਕੀਤੀ ਹੈ ਉਹ ਬਹੁਤ ਮੰਦਭਾਗਾ ਹੈ ਪੰਜਾਬ ਦੇ ਲੋਕ ਗੁੱਗ ਵਾਸਤੇ ਪੰਜਾਬ ਵਿੱਚ ਨੌ ਮਾਸ ਦੇ ਰਿਸ਼ਤੇ ਵਾਂਗ ਪੰਜਾਬ ਵਿੱਚ ਹਿੰਦੂ ਤੇ ਸਿੱਖ ਬਹੁਤ ਵਧੀਆ ਢੰਗ ਨਾਲ ਰਹਿ ਰਹੇ ਨੇ ਔਰ ਮੈਂ ਅਪੀਲ ਕਰਦਾ ਸਾਰੀਆਂ ਧਿਰਾਂ ਨੂੰ ਕਿ ਇਸ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਇਸ ਮੁੱਦੇ ਨੂੰ ਤੂਲ ਨਾ ਦਿੱਤੀ ਜਾਵੇ ਪੰਜਾਬ ਇਸ ਦੇਸ਼ ਦਾ ਦੀ ਖੜਕ ਭੁਜਾ ਹੈ ਪੰਜਾਬ ਹਰ ਰੋਜ਼ ਕੁਰਬਾਨੀਆਂ ਦਿੰਦਾ ਹੈ ਬਾਰਡਰ ਦੇ ਉੱਤੇ ਪੰਜਾਬੀ ਰੋਜ਼ ਕੁਰਬਾਨੀਆਂ ਦਿੰਦੇ ਨੇ ਇਹਦੀ ਵੀ ਅਹਿਮੀਅਤ ਸਮਝੀ ਜਾਏ ਤੇ ਮੈਂ ਅਪੀਲ ਕਰਦਾ ਪੰਜਾਬੀਆਂ ਨੂੰ ਖਾਸ ਤੌਰ ਤੇ ਇਹ ਬਹਿਕਾਵੇ ਵਿੱਚ ਨਾ ਆਉਣ ਆਪਣੇ ਰਿਸ਼ਤਿਆਂ ਨੂੰ ਅਸੀਂ ਕਿਸੇ ਕੀਮਤ ਤੇ ਖਰਾਬ ਨਹੀਂ ਹੋਣ ਦੇਵਾਂਗੇ ਮੈਂ ਉਮੀਦ ਕਰਦਾ ਸਾਰੇ ਸਥਿਤੀ ਨੂੰ ਸਮਝ ਕੇ ਇਹ ਸਿਆਸੀ ਡਰਾਮੇਬਾਜ਼ੀ ਤੋਂ ਦੂਰ ਰਹਿਣਗੇ 5 ਜਨਵਰੀ ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਫਿਰੋਜ਼ਪੁਰ ਪੰਜਾਬ ਫੇਰੀ ਤੇ ਆਉਣਾ ਸੀ ਔਰ ਉਹ ਆਏ ਉਹਨਾਂ ਦੀ ਸੁਰੱਖਿਆ ਦੀ ਚੂਕ ਨੂੰ ਲੈ ਕੇ ਇੱਕ ਬਹਿਸ ਚੜੀ ਹੋਈ ਹੈ ਔਰ ਇਸ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਹੈ ਜਿਵੇਂ ਪੰਜਾਬ ਵਿੱਚ ਉਹਨਾਂ ਦੀ ਜਾਨ ਨੂੰ ਖਤਰਾ ਹੋਵੇ ਜਦਕਿ ਇਹ ਸੁਰੱਖਿਆ ਏਜੰਸੀਆਂ ਦੀ ਲਾਪਰਵਾਹੀ ਦਾ ਨਤੀਜਾ ਹੈ ਜਾਂ ਫਿਰ ਸਰਕਾਰ ਦੀ ਆਪੋ ਵਿੱਚ ਸਰਕਾਰਾਂ ਦੀ ਲੜਾਈ ਹੈ ਇਸ ਨੂੰ ਜਿਸ ਢੰਗ ਨਾਲ ਪ੍ਰਧਾਨ ਮੰਤਰੀ ਨੇ ਗੈਰ ਜ਼ਿੰਮੇਵਾਰ ਬਿਆਨ ਦੇ ਕੇ ਤੂਲ ਦੇਣ ਦੀ ਕੋਸ਼ਿਸ਼ ਕੀਤੀ ਹੈ ਉਹ ਬਹੁਤ ਮੰਦਭਾਗਾ ਹੈ ਪੰਜਾਬ ਦੇ ਲੋਕ ਗੁੱਗ ਵਾਸਤੇ ਪੰਜਾਬ ਵਿੱਚ ਨੌ ਮਾਸ ਦੇ ਰਿਸ਼ਤੇ ਵਾਂਗ ਪੰਜਾਬ ਵਿੱਚ ਹਿੰਦੂ ਤੇ ਸਿੱਖ ਬਹੁਤ ਵਧੀਆ ਢੰਗ ਨਾਲ ਰਹਿ ਰਹੇ ਨੇ ਔਰ ਮੈਂ ਅਪੀਲ ਕਰਦਾ ਸਾਰੀਆਂ ਧਿਰਾਂ ਨੂੰ ਕਿ ਇਸ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਇਸ ਮੁੱਦੇ ਨੂੰ
ਧੂੜ ਨਾ ਦਿੱਤੀ ਜਾਵੇ। ਪੰਜਾਬ ਇਸ ਦੇਸ਼ ਦਾ ਦੀ ਖੜਕ ਭੁਜ ਹੈ। ਪੰਜਾਬ ਹਰ ਰੋਜ਼ ਕੁਰਬਾਨੀਆਂ ਦਿੰਦਾ ਹੈ। ਬਾਰਡਰ ਦੇ ਉੱਤੇ ਪੰਜਾਬੀ ਰੋਜ਼ ਕੁਰਬਾਨੀਆਂ ਦਿੰਦੇ ਨੇ। ਇਹਦੀ ਵੀ ਅਹਿਮੀਅਤ ਸਮਝੀ ਜਾਏ ਤੇ ਮੈਂ ਅਪੀਲ ਕਰਦਾ ਪੰਜਾਬੀਆਂ ਨੂੰ ਖਾਸ ਤੌਰ ਤੇ ਇਹ ਬਹਿਕਾਵੇ ਵਿੱਚ ਨਾ ਆਉਣ। ਆਪਣੇ ਰਿਸ਼ਤਿਆਂ ਨੂੰ ਅਸੀਂ ਕਿਸੇ ਕੀਮਤ ਤੇ ਖਰਾਬ ਨਹੀਂ ਹੋਣ ਦੇਵਾਂਗੇ। ਮੈਂ ਉਮੀਦ ਕਰਦਾ ਸਾਰੇ ਸਥਿਤੀ ਨੂੰ ਸਮਝ ਕੇ ਇਹ ਸਿਆਸੀ ਡਰਾਮੇਬਾਜ਼ੀ ਤੋਂ ਦੂਰ ਰਹਿਣਗੇ। 5 ਜਨਵਰੀ ਨੂੰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਫਿਰੋਜ਼ਪੁਰ ਪੰਜਾਬ ਫੇਰੀ ਤੇ ਆਉਣਾ ਸੀ ਔਰ ਉਹ ਆਏ। ਉਹਨਾਂ ਦੀ ਸੁਰੱਖਿਆ ਦੀ ਚੂਕ ਨੂੰ ਲੈ ਕੇ ਇੱਕ ਬਹਿਸ ਛਿੜੀ ਹੋਈ ਹੈ ਔਰ ਇਸ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਹੈ ਜਿਵੇਂ ਪੰਜਾਬ ਵਿੱਚ ਉਹਨਾਂ ਦੀ ਜਾਨ ਨੂੰ ਖਤਰਾ ਹੋਵੇ, ਜਦਕਿ ਇਹ ਸੁਰੱਖਿਆ ਏਜੰਸੀਆਂ ਦੀ ਲਾਪਰਵਾਹੀ ਦਾ ਨਤੀਜਾ ਹੈ ਜਾਂ ਫਿਰ ਸਰਕਾਰ ਦੀ ਆਪੋ ਵਿੱਚ ਸਰਕਾਰਾਂ ਦੀ ਲੜਾਈ ਹੈ। ਇਸ ਨੂੰ ਜਿਸ ਢੰਗ ਨਾਲ ਪ੍ਰਧਾਨ ਮੰਤਰੀ ਨੇ ਗੈਰ ਜ਼ਿੰਮੇਵਾਰ ਬਿਆਨ ਦੇ ਕੇ ਤੂਲ ਦੇਣ ਦੀ ਕੋਸ਼ਿਸ਼ ਕੀਤੀ ਹੈ ਉਹ ਬਹੁਤ ਮੰਦਭਾਗਾ ਹੈ। ਪੰਜਾਬ ਦੇ ਲੋਕ ਘੁੱਗ ਵਸਦੇ ਪੰਜਾਬ ਵਿੱਚ 9 ਮਾਸ ਦੇ ਰਿਸ਼ਤੇ ਵਾਂਗ ਪੰਜਾਬ ਵਿੱਚ ਹਿੰਦੂ ਤੇ ਸਿੱਖ ਬਹੁਤ ਵਧੀਆ ਢੰਗ ਨਾਲ ਰਹਿ ਰਹੇ ਨੇ ਔਰ ਮੈਂ ਅਪੀਲ ਕਰਦਾ ਸਾਰੀਆਂ ਧਿਰਾਂ ਨੂੰ ਕਿ ਇਸ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਇਸ ਮੁੱਦੇ ਨੂੰ ਧੂਲ ਨਾ ਦਿੱਤੀ ਜਾਵੇ। ਪੰਜਾਬ ਇਸ ਦੇਸ਼ ਦਾ ਦੀ ਖੜਕ ਭੁਜ ਹੈ। ਪੰਜਾਬ ਹਰ ਰੋਜ਼ ਕੁਰਬਾਨੀਆਂ ਦਿੰਦਾ ਹੈ। ਬਾਰਡਰ ਦੇ ਉੱਤੇ ਪੰਜਾਬੀ ਰੋਜ਼ ਕੁਰਬਾਨੀਆਂ ਦਿੰਦੇ ਨੇ। ਇਹਦੀ ਵੀ ਅਹਿਮੀਅਤ ਸਮਝੀ ਜਾਏ ਤੇ ਮੈਂ ਅਪੀਲ ਕਰਦਾ ਪੰਜਾਬੀਆਂ ਨੂੰ ਖਾਸ ਤੌਰ ਤੇ ਇਹ ਬਹਿਕਾਵੇ ਵਿੱਚ ਨਾ ਆਉਣ। ਆਪਣੇ ਰਿਸ਼ਤਿਆਂ ਨੂੰ ਅਸੀਂ ਕਿਸੇ ਕੀਮਤ ਤੇ ਖਰਾਬ ਨਹੀਂ ਹੋਣ ਦੇਵਾਂਗੇ। ਮੈਂ ਉਮੀਦ ਕਰਦਾ ਸਾਰੇ ਸਥਿਤੀ ਨੂੰ ਸਮਝ ਕੇ ਇਹ ਸਿਆਸੀ ਡਰਾਮੇਬਾਜ਼ੀ ਤੋਂ ਦੂਰ ਰਹਿਣਗੇ। 5 ਜਨਵਰੀ ਨੂੰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਫਿਰੋਜ਼ਪੁਰ ਪੰਜਾਬ ਫੇਰੀ ਤੇ ਆਉਣਾ ਸੀ ਔਰ ਉਹ ਆਏ। ਉਹਨਾਂ ਦੀ ਸੁਰੱਖਿਆ ਦੀ ਚੂਕ ਨੂੰ ਲੈ ਕੇ ਇੱਕ ਬਹਿਸ ਛਿੜੀ ਹੋਈ ਹੈ ਔਰ ਇਸ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਹੈ ਜਿਵੇਂ ਪੰਜਾਬ ਵਿੱਚ ਉਹਨਾਂ ਦੀ ਜਾਨ ਨੂੰ ਖਤਰਾ ਹੋਵੇ, ਜਦਕਿ ਇਹ ਸੁਰੱਖਿਆ ਏਜੰਸੀਆਂ ਦੀ ਲਾਪਰਵਾਹੀ ਦਾ ਨਤੀਜਾ ਹੈ ਜਾਂ ਫਿਰ ਸਰਕਾਰ ਦੀ ਆਪੋ ਵਿੱਚ ਸਰਕਾਰਾਂ ਦੀ ਲੜਾਈ ਹੈ। ਇਸ ਨੂੰ ਜਿਸ ਢੰਗ ਨਾਲ ਪ੍ਰਧਾਨ ਮੰਤਰੀ ਨੇ ਗੈਰ ਜ਼ਿੰਮੇਵਾਰ ਬਿਆਨ ਦੇ ਕੇ ਤੂਲ ਦੇਣ ਦੀ ਕੋਸ਼ਿਸ਼ ਕੀਤੀ ਹੈ ਉਹ ਬਹੁਤ ਮੰਦਭਾਗਾ ਹੈ। ਪੰਜਾਬ ਦੇ ਲੋਕ ਘੁੱਗ ਵਸਦੇ ਪੰਜਾਬ ਵਿੱਚ 9 ਮਾਸ ਦੇ ਰਿਸ਼ਤੇ ਵਾਂਗ ਪੰਜਾਬ ਵਿੱਚ ਹਿੰਦੂ ਤੇ ਸਿੱਖ ਬਹੁਤ ਵਧੀਆ ਢੰਗ ਨਾਲ ਰਹਿ ਰਹੇ ਨੇ ਔਰ ਮੈਂ ਅਪੀਲ ਕਰਦਾ ਸਾਰੀਆਂ ਧਿਰਾਂ ਨੂੰ ਕਿ ਇਸ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਇਸ ਮੁੱਦੇ ਨੂੰ ਧੂਲ ਨਾ ਦਿੱਤੀ ਜਾਵੇ। ਪੰਜਾਬ ਇਸ ਦੇਸ਼ ਦਾ ਦੀ ਖੜਕ ਭੁਜ ਹੈ। ਪੰਜਾਬ ਹਰ ਰੋਜ਼ ਕੁਰਬਾਨੀਆਂ ਦਿੰਦਾ ਹੈ। ਬਾਰਡਰ ਦੇ ਉੱਤੇ ਪੰਜਾਬੀ ਰੋਜ਼ ਕੁਰਬਾਨੀਆਂ ਦਿੰਦੇ ਨੇ। ਇਹਦੀ ਵੀ ਅਹਿਮੀਅਤ ਸਮਝੀ ਜਾਏ ਤੇ ਮੈਂ ਅਪੀਲ ਕਰਦਾ ਪੰਜਾਬੀਆਂ ਨੂੰ ਖਾਸ ਤੌਰ ਤੇ ਇਹ ਬਹਿਕਾਵੇ ਵਿੱਚ ਨਾ ਆਉਣ। ਆਪਣੇ ਰਿਸ਼ਤਿਆਂ ਨੂੰ ਅਸੀਂ ਕਿਸੇ ਕੀਮਤ ਤੇ ਖਰਾਬ ਨਹੀਂ ਹੋਣ ਦੇਵਾਂਗੇ। ਮੈਂ ਉਮੀਦ ਕਰਦਾ ਸਾਰੇ ਸਥਿਤੀ ਨੂੰ ਸਮਝ ਕੇ ਇਹ ਸਿਆਸੀ ਡਰਾਮੇਬਾਜ਼ੀ ਤੋਂ ਦੂਰ ਰਹਿਣਗੇ। 5 ਜਨਵਰੀ ਨੂੰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਫਿਰੋਜ਼ਪੁਰ ਪੰਜਾਬ ਫੇਰੀ ਤੇ ਆਉਣਾ ਸੀ ਔਰ ਉਹ ਆਏ। ਉਹਨਾਂ ਦੀ ਸੁਰੱਖਿਆ ਦੀ ਚੂਕ ਨੂੰ ਲੈ ਕੇ ਇੱਕ ਬਹਿਸ ਛਿੜੀ ਹੋਈ ਹੈ ਔਰ ਇਸ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਹੈ ਜਿਵੇਂ ਪੰਜਾਬ ਵਿੱਚ ਉਹਨਾਂ ਦੀ ਜਾਨ ਨੂੰ ਖਤਰਾ ਹੋਵੇ, ਜਦਕਿ ਇਹ ਸੁਰੱਖਿਆ ਏਜੰਸੀਆਂ ਦੀ ਲਾਪਰਵਾਹੀ ਦਾ ਨਤੀਜਾ ਹੈ ਜਾਂ ਫਿਰ ਸਰਕਾਰ ਦੀ ਆਪੋ ਵਿੱਚ ਸਰਕਾਰਾਂ ਦੀ ਲੜਾਈ ਹੈ। ਇਸ ਨੂੰ ਜਿਸ ਢੰਗ ਨਾਲ ਪ੍ਰਧਾਨ ਮੰਤਰੀ ਨੇ ਗੈਰ ਜ਼ਿੰਮੇਵਾਰ ਬਿਆਨ ਦੇ ਕੇ ਤੂਲ ਦੇਣ ਦੀ ਕੋਸ਼ਿਸ਼ ਕੀਤੀ ਹੈ ਉਹ ਬਹੁਤ ਮੰਦਭਾਗਾ ਹੈ। ਪੰਜਾਬ ਦੇ ਲੋਕ ਘੁੱਗ ਵਸਦੇ ਪੰਜਾਬ ਵਿੱਚ 9 ਮਾਸ ਦੇ ਰਿਸ਼ਤੇ ਵਾਂਗ ਪੰਜਾਬ ਵਿੱਚ ਹਿੰਦੂ ਤੇ ਸਿੱਖ ਬਹੁਤ ਵਧੀਆ ਢੰਗ ਨਾਲ ਰਹਿ ਰਹੇ ਨੇ ਔਰ ਮੈਂ ਅਪੀਲ ਕਰਦਾ ਸਾਰੀਆਂ ਧਿਰਾਂ ਨੂੰ ਕਿ ਇਸ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਇਸ ਮੁੱਦੇ ਨੂੰ ਧੂਲ ਨਾ ਦਿੱਤੀ ਜਾਵੇ। ਪੰਜਾਬ ਇਸ ਦੇਸ਼ ਦਾ ਦੀ ਖੜਕ ਭੁਜ ਹੈ। ਪੰਜਾਬ ਹਰ ਰੋਜ਼ ਕੁਰਬਾਨੀਆਂ ਦਿੰਦਾ ਹੈ। ਬਾਰਡਰ ਦੇ ਉੱਤੇ ਪੰਜਾਬੀ ਰੋਜ਼ ਕੁਰਬਾਨੀਆਂ ਦਿੰਦੇ ਨੇ। ਇਹਦੀ ਵੀ ਅਹਿਮੀਅਤ ਸਮਝੀ ਜਾਏ ਤੇ ਮੈਂ ਅਪੀਲ ਕਰਦਾ ਪੰਜਾਬੀਆਂ ਨੂੰ ਖਾਸ ਤੌਰ ਤੇ ਇਹ ਬਹਿਕਾਵੇ ਵਿੱਚ ਨਾ ਆਉਣ। ਆਪਣੇ ਰਿਸ਼ਤਿਆਂ ਨੂੰ ਅਸੀਂ ਕਿਸੇ ਕੀਮਤ ਤੇ ਖਰਾਬ ਨਹੀਂ ਹੋਣ ਦੇਵਾਂਗੇ। ਮੈਂ ਉਮੀਦ ਕਰਦਾ ਸਾਰੇ ਸਥਿਤੀ ਨੂੰ ਸਮਝ ਕੇ ਇਹ ਸਿਆਸੀ ਡਰਾਮੇਬਾਜ਼ੀ ਤੋਂ ਦੂਰ ਰਹਿਣਗੇ।
अलीशा बेगम एक औरत का दुख एक औरत ही समझ सकती है। रूहानी ते काली शक्तियां दी मालकन दुनिया दा सब तो चमत्कारी इल्म मेरे कोल है। मेरे कीते नू कोई कट नहीं सकदा। काला इल्म करना आते तोड़ना हर एक दे बस दी गल नहीं। परेशानी जिवें लव मैरिज पति पत्नी च झगड़ा सौतन दुश्मन तो छुटकारा तलाक केस बुरे सपने विदेश यात्रा बुरी संगत जां नशा छुड़ाना बीमारी च दवा ना लगना वशीकरण एक सच्चाई है। वशीकरण करवाओ मन चाह प्यार पाओ। की तुहाडी किस्मत च लॉटरी दा योग है जां नहीं सच्चाई जानो। लॉटरी नंबर पाओ भावें 649 होवे जां लोटोमैक्स 11 घंटे च करवाओ हर परेशानी दा हल घर बैठे। अष्टाम पेपर ते लिख के लवो कम दी गारंटी। कहने तो बाहर है तुरंत संपर्क करो तुहाडी हर गल गुप्त रखी जाएगी। अलीशा बेगम। वर्ल्ड फेमस बाबा सलीम खान 21 बार गोल्ड मेडलिस्ट। सारियां थावां तो निराश अते मायूस होने वाले एक बार फोन जरूर करो जिवें चाहोगे ओवें होएगा। इट्स माय प्रॉमिस इमीडिएटली रिजल्ट ओपन चैलेंज इल्मा दे माहिर ए टू जेड समस्यावां दा फोन ते घर बैठे करवाओ हल। वशीकरण अते मुठ करनी लव मैरिज सौतन अते दुश्मन तो छुटकारा पक्का काम पक्का हल 101% गारंटी। अष्टाम पेपर समेत सब तो पहला काम करन दा वादा। नौकरी प्रमोशन कारोबार च परेशानी घर च झगड़ा कोर्ट केस तलाक प्रॉपर्टी झगड़ा पति पत्नी च अनबन जां दुटोना मनमोहणी वशीकरण करवाओ जां तुड़वाओ रुसे नूं मनाओ। हुणे कॉल करो बाबा सलीम खान 98 199 37 467।